ناصر منصور
Oh,
लाइट अंबर के लिए डेमा रखांगे लाइट जग आदेओ क्योंकि साध संगत बैकुंठे आए अखरो आए मां वाणी कहंदी है संगत तो परे कोई बैकुंठ नहीं है अखरो आए कहो कबीर कहिए काहे साध संगत बैकुंठे आए एदे तो पर कोई सतखंड नहीं हैगा ते आपां सतखंड च बैठे हैं संगत दे विच बैठे हैं अगे आ जाओ ਤੇ ਸਾਰੇ ਰਲ ਮਿਲ ਕੇ ਜੁੜਨ ਦਾ ਯਤਨ ਕਰੋ ਇਹ ਸੰਗਤ ਦੀਆਂ ਘੜੀਆਂ ਇਹਦਾ ਰਾਸੀ ਬਿਆਨ ਨਹੀਂ ਕੀਤਾ ਜਾ ਸਕਦਾ ਦੋ ਸਿੱਖ ਆਏ ਸੀ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਇੱਕ ਦਾ ਨਾਂ ਸੀ ਭਾਈ ਮਾਲੋ ਇੱਕ ਦਾ ਨਾਂ ਸੀ ਭਾਈ ਮਾਂਗਾ ਦੋਨੋਂ ਭਰਾ ਸਨ ਮਾਲੋ ਤੇ ਮਾਂਗਾ ਮਾਲੋ ਜੀ ਕਥਾ ਕਰਦੇ ਸੀ ਤੇ ਮਾਂਗਾ ਜੀ ਕੀਰਤਨ ਕਰਦੇ ਸੀ ਤੇ ਦੋਨਾਂ ਭਰਾਵਾਂ ਨੂੰ ਕਿਸੇ ਨੇ ਵਹਿਮ ਪਾਤਾ ਵਹਿਮ ਕੀ ਪਾਤਾ ਉਹਨਾਂ ਦਾ ਮੇਲ ਇੱਕ ਐਸੇ ਜੋਗੀ ਨਾਲ ਹੋਇਆ ਜੋਗੀ ਕਹਿੰਦਾ ਤੁਸੀਂ ਕੀ ਕੀਰਤਨ ਕਰਦੇ ਹੋ ਕਥਾ ਕਰਦੇ ਹੋ ਇਹਦੇ ਨਾਲ ਕੋਈ ਪ੍ਰਾਪਤੀ ਥੋੜ੍ਹੀ ਹੋਣੀ ਹੈ ਮੈਂ ਇੰਨੀ ਹੱਠ ਕੀਤੇ ਮੈਂ ਇੰਨੀਆਂ ਸਾਧਨਾ ਕੀਤੀਆਂ ਮੈਂ ਪੁੱਠੇ ਲਟਕ ਕੇ ਯੋਗ ਕੀਤਾ ਤੇ ਮੇਰੀ ਹਜੇ ਪ੍ਰਾਪਤੀ ਨਹੀਂ ਹੋਈ ਤੁਸੀਂ ਕੀਰਤਨ ਕਰਕੇ ਕਥਾ ਕਰਕੇ ਪ੍ਰਾਪਤੀ ਕਿੱਦਾਂ ਕਰ ਲਓ ਜੇ ਪ੍ਰਾਪਤੀ ਕਰਨੀ ਹੈ ਹੱਠ ਕਰਨਾ ਪੈਂਦਾ ਯੋਗ ਕਰਨਾ ਪੈਂਦਾ ਹੈ ਇਹ ਦੋਨੋਂ ਗੁਰੂ ਨਾਨਕ ਸਾਹਿਬ ਜੀ ਕੋਲ ਆਏ ਕਰਤਾਰਪੁਰ ਹੁਣ ਸੁਣਿਓ ਕਰਤਾਰਪੁਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਮਹਾਰਾਜ ਅਸੀਂ ਜਿਹੜਾ ਕੀਰਤਨ ਕਰਦੇ ਹਾਂ ਕਥਾ ਕਰਦੇ ਹਾਂ ਇਹਦੇ ਨਾਲ ਮੁਕਤੀ ਨਹੀਂ ਹੋਏਗੀ ਗੁਰੂ ਨਾਨਕ ਕਹਿੰਦੇ ਕਿਉਂ ਤੁਹਾਨੂੰ ਕਿੰਨੇ ਕਿਹਾ ਨਹੀਂ ਹੋਏਗੀ ਮਹਾਰਾਜ ਇਹਦੇ ਇੱਕ ਜੋਗੀ ਮਿਲਿਆ ਸੀ ਉਹਨੇ ਕਿਹਾ ਗੁਰੂ ਨਾਨਕ ਹੱਸ ਪਏ ਇਹਦੇ ਜੋਗੀ ਨੂੰ ਕਹੋ ਤੇਰਾ ਹੱਥ ਤੈਨੂੰ ਮੁਬਾਰਕ ਏ ਆਖੋ ਤੇਰੀ ਯੋਗ ਸਾਧਨਾ ਤੈਨੂੰ ਮੁਬਾਰਕ ਤੇ ਨਾਲ ਉਹਨਾਂ ਦੇ ਅੰਦਰ ਸ਼ਰਧਾ ਭਰਨ ਵਾਸਤੇ ਗੁਰੂ ਨਾਨਕ ਕਹਿੰਦੇ ਅਸੀਂ ਜਿਹੜੀ ਤੁਹਾਨੂੰ ਦਾਤ ਦਿੱਤੀ ਹੈ ਨਾ ਕਥਾ ਤੇ ਕੀਰਤਨ ਇਹਦੇ ਵਿੱਚ ਬਲ ਥੋੜਾ ਲੱਗਦਾ ਤੇ ਫਲ ਜ਼ਿਆਦਾ ਆਖੋ ਗੱਲ ਨੂੰ ਸਮਝਣਾ ਬੜੀ ਬਰੀਕ ਗੱਲ ਏ ਪਹਿਲੇ ਧੂਣੀਆਂ ਤੁਕਾ ਕੇ 50 degree ਟੈਂਪਰੇਚਰ ਹੋਵੇ ਉਹਦੇ 'ਤੇ ਅੱਗ ਬਾਲ ਕੇ ਉਹਦੇ ਕੋਲ ਸਾਧਨਾ ਕਰਨੀ ਇਹ ਸਾਨੂੰ ਬਾਬਾ ਜੀ ਨੇ ਕਿਰਿਆ 'ਚੋਂ ਕੱਢਿਆ ਆਖੋ ਮਹਾਰਾਜ ਕਹਿੰਦੇ ਅਸੀਂ ਜਿਹੜੀ ਤੁਹਾਨੂੰ ਦਾਤ ਦਿੱਤੀ ਹੈ ਨਾ ਕੀਰਤਨ ਅਤੇ ਕਥਾ ਇਹਦੇ 'ਚ ਬਲ ਥੋੜ੍ਹਾ ਬਲ ਕੀ ਨੂੰ ਕਹਿੰਦੇ ਮਿਹਨਤ ਨੂੰ ਘਾਲਣਾ ਨੂੰ ਹੱਲ ਜ਼ਿਆਦਾ ਉਹ ਦੋਨੋਂ ਭਰਾ ਸੁਣ ਰਹੇ ਆ ਮਹਾਰਾਜ ਕਹਿੰਦੇ ਸਮਝੇ ਹੋ ਕਿ ਨਹੀਂ ਸਮਝੇ ਇਹ ਹੋਰ ਸਮਝਾਈਏ ਕਹਿੰਦੇ ਜੀ ਖੁੱਲ੍ਹ ਕੇ ਸਮਝਾਓ ਹੁਣ ਸੁਣਿਆ ਗੁਰੂ ਨਾਨਕ ਸਾਹਿਬ ਨੇ ਫਿਰ ਖੁੱਲ੍ਹ ਕੇ ਸਮਝਾਇਆ ਗੁਰੂ ਨਾਨਕ ਕਹਿੰਦੇ ਲੱਕੜਹਾਰੇ ਨੂੰ ਵੇਖਦੇ ਹੋ ਲੱਕੜਹਾਰਾ ਕਹਿੰਦੇ ਉਸ ਸਮੇਂ ਕਿਰਤ ਜ਼ਿਆਦਾ ਹੁੰਦੀ ਸੀ ਉਦੋਂ ਬਾਲਣ ਲੱਕੜਾਂ ਹੀ ਵਰਤੀਆਂ ਜਾਂਦੀਆਂ ਸਨ ਲੋਕੀ ਜੰਗਲ 'ਚ ਜਾਂਦੇ ਸੀ ਸਵੇਰੇ ਲੱਕੜਾਂ ਵੱਢ ਕੇ ਲਿਆਉਣੀਆਂ ਦੁਪਹਿਰ ਤੱਕ ਲੱਕੜਾਂ ਵੱਢਣੀਆਂ ਸ਼ਾਮੀ ਉਹਨੂੰ ਵੇਚਣਾ ਅਤੇ ਉਹਦੇ ਨਾਲ ਫਿਰ ਰਾਸ਼ਨ ਖਰੀਦਣਾ ਅਤੇ ਘਰ ਦੀ ਰੋਟੀ ਦਾਲ ਦਾ ਇੰਤਜ਼ਾਮ ਕਰਨਾ ਮਹਾਰਾਜ ਕਹਿੰਦੇ ਲੱਕੜਹਾਰਾ ਸਵੇਰ ਦਾ ਲੱਗਾ ਜੰਗਲ 'ਚ ਜਾਂਦਾ ਕਿੰਨਾ ਬਲ ਲੱਗਦਾ ਉਹਦਾ ਕਿੰਨੀ ਮਿਹਨਤ ਤੇ ਦਰਖਤਾਂ ਤੇ ਕੁਲਾੜੀ ਨਾਲ ਲੱਕੜ ਵੱਢਣੀ ਇੰਨਾ ਹਾਰਡਵਰਕ ਉਹ ਕਹਿੰਦੇ ਹਾਂ ਮਹਾਰਾਜ ਕਹਿੰਦੇ ਉਹ ਸਾਰਾ ਦਿਨ ਜਿੰਨੀ ਮਿਹਨਤ ਕਰਦਾ ਤੇ ਉਹਨੂੰ ਥੋੜ੍ਹੀ ਜਿਹੀ ਮਜ਼ਦੂਰੀ ਮਿਲਦੀ ਹੈ ਲੱਕੜਾਂ ਵੇਚ ਕੇ ਜਿੰਨੇ ਪੈਸੇ ਮਿਲਦੇ ਬਲ ਜ਼ਿਆਦਾ ਲੱਗਦਾ ਹੱਲ ਘੱਟ ਮਿਲਦਾ ਦੋਨੋਂ ਭਰਾ ਕਹਿੰਦੇ ਹਾਂ ਗੁਰੂ ਨਾਨਕ ਕਹਿੰਦੇ ਇਹਦੇ ਬਰਾਬਰ ਇੱਕ ਦੁਕਾਨ ਦਾ ਜਿਹੜਾ ਮਸਾਲੇ ਵੇਚਦਾ ਇਹ ਕਰਿਆਨੇ ਵਾਲੇ ਦੀ ਮਿਸਾਲ ਦਿੱਤੀ ਮਹਾਰਾਜ ਜੀ ਨੇ ਕੋਈ ਦੁਕਾਨਦਾਰ ਏ ਉਹ ਮਸਾਲੇ ਵੇਚਦਾ ਖੰਡ ਵੇਚਦਾ ਪੱਤੀ ਵੇਚਦਾ ਚਾਵਲ ਵੇਚਦਾ ਆਟਾ ਵੇਚਦਾ ਉਹ ਗੱਦੀ ਤੇ ਬੈਠਾ
ਉਹਦਾ ਬਲ ਲੱਕੜ ਹਾਰੇ ਦੇ ਪੈਰੋਂ ਘੱਟ ਲੱਗਾ ਤੇ ਥਲ ਉਹਨੇ ਕਮਾਈ ਜ਼ਿਆਦਾ ਕਰਦਾ ਅੱਖੋ ਵਾਹਿਗੁਰੂ ਇਦਾਂ ਹੀ ਹੈ ਨਾ ਉਹਦੀ ਇੰਨੀ ਕਰਨੀ ਹਾਰਬਰ ਤੇ ਨਹੀਂ ਵੀ ਲੱਕੜ ਦੇ ਦਰਖਤ ਤੇ ਚੜ੍ਹਨਾ ਲੱਕੜਾਂ ਵੱਢਣੀਆਂ ਜੰਗਲਾਂ 'ਚ ਜਾਣਾ ਆਪਣੀ ਦੁਕਾਨ ਤੇ ਬੈਠਾ ਮੰਨ ਲਓ ਮੰਗਾ ਕਹਿੰਦੇ ਬਿਲਕੁਲ ਮਹਾਰਾਜ ਇੱਦਾਂ ਹੀ ਹੈ ਇਹ ਕਹਿੰਦੇ ਹੁਣ ਤੀਜੀ ਮਿਸਾਲ ਇੱਕ ਸੁਨਿਆਰੇ ਦੀ ਅੱਖੋ ਵਾਹਿਗੁਰੂ ਸੁਨਿਆਰਾ ਭਰਾ ਦੁਕਾਨ ਤੇ ਬੈਠਾ ਉਹ ਗਹਿਣੇ ਘੜਦਾ ਹੈ ਗੁੰਦਰੀ ਵੇਚਦਾ ਚੈਨੀ ਵੇਚਦਾ ਕੁਝ ਹੋਰ ਵੇਚਦਾ ਉਹਦੀ ਮਿਹਨਤ ਲੱਕੜ ਹਾੜੇ ਦੇ ਪੈਰਲਲ ਕਰਿਆਨੇ ਵਾਲੇ ਦੁਕਾਨ ਦੇ ਪੈਰਲਲ ਇਹਦੇ ਉਹਦੇ ਉਹਦਾ ਬਲ ਹੋਰ ਘੱਟ ਲੱਗ ਰਿਹਾ ਪਰ ਮਿਹਨਤ ਫਲ ਉਹਨੂੰ ਜ਼ਿਆਦਾ ਮਿਲ ਰਿਹਾ ਕਮਾਈ ਉਹਦੀ ਜ਼ਿਆਦਾ ਹੈ ਕਰਿਆਨੇ ਵਾਲੇ ਦੇ ਪਿਛੇ ਉਹ ਦੋਨੋਂ ਭਰਾ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਚੌਥੀ ਮਿਸਾਲ ਸੁਣੋ ਹੁਣ ਮਹਾਰਾਜ ਨੇ ਮਿਸਾਲ ਦਿੱਤੀ ਚੋਰੀ ਦੀ ਆਖੋ ਸਾਰੇ ਆਖੋ ਜੀ ਇੱਕ ਹੀਰੇ ਦਾ ਵਪਾਰੀ ਕਹਿੰਦੇ ਉਹਦੀ ਉਹਦੀ ਦੁਕਾਨ ਵੇਖੋ ਉਹਦੀ ਵਿਛਾਈ ਵੇਖੋ ਹੁਣ ਅੱਜ ਕੱਲ੍ਹ ਕਾਊਂਟਰ ਹੋ ਗਏ ਨੇ ਜਵੈਲਰਾਂ ਦੇ ਪਹਿਲੇ ਗੱਦੀਆਂ ਹੁੰਦੀਆਂ ਸੀ ਇੱਦਾਂ ਚਿੱਟੀ ਵਿਛਾਈ ਕੀਤੀ ਹੁੰਦੀ ਸੀ ਸਰਾਣੇ ਗੋਲ ਲੱਗੇ ਹੁੰਦੇ ਸੀ ਗੱਦੀ ਤੇ ਡੰਗ ਬਹਿ ਕੇ ਵੇਚਦੇ ਸੀ ਮਹਾਰਾਜ ਕਹਿੰਦੇ ਉਹਦੇ ਚਿੱਟੀ ਗੱਦੀ ਚਿੱਟੀ ਵਿਛਾਈ ਤੇ ਜੇ ਉਹਦਾ ਇੱਕ ਹੀਰਾ ਵੀ ਕਿਤੇ ਵਿਕ ਜੇ ਨਾ ਆਖੋ ਉਹਦੇ ਕੋਲ ਲੈਣਾ ਤੇ ਨਹੀਂ ਲੱਗੀਆਂ ਭੀੜਾਂ ਤੇ ਨਹੀਂ ਲੱਗੀਆਂ ਪਰ ਕਹਿੰਦੇ ਉਹ ਹੀਰੇ ਦਾ ਵਪਾਰ ਕਰਦਾ ਤੇ ਉਹਦਾ ਇੱਕ ਹੀਰਾ ਕਿਤੇ ਵਿਕ ਜੇ ਤੇ ਇੱਕ ਹੀਰੇ ਦੇ ਬਦਲੇ ਸਾਲ ਦੀ ਰੋਟੀ ਕੱਢ ਲੈਂਦੇ ਰਹੇ ਆਖੋ ਬਲ ਬਹੁਤ ਘੱਟ ਏ ਤੇ ਫਲ ਬਹੁਤ ਜ਼ਿਆਦਾ ਹੈ ਵੀ ਮਿਹਨਤ ਘੱਟ ਏ ਪਰ ਕਮਾਈ ਵੇਖੋ ਸਾਲ ਸਾਲ ਦੀ ਛੇ ਛੇ ਮਹੀਨੇ ਦੀ ਕਹਿੰਦੇ ਰੋਟੀ ਨਿਕਲ ਆਈ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਭਾਈ ਵੀਰ ਸਿੰਘ ਜੀ ਲਿਖਦੇ ਮੰਨ ਲਓ ਮੰਗਾ ਕਹਿੰਦੇ ਬਿਲਕੁਲ ਠੀਕ ਕਹਿ ਰਹੇ ਹੋ ਤੇ ਗੁਰੂ ਨਾਨਕ ਕਹਿੰਦੇ ਇਸੇ ਤਰ੍ਹਾਂ ਜਿਹੜਾ ਤੁਹਾਨੂੰ ਕਥਾ ਤੇ ਕੀਰਤਨ ਦਿੱਤਾ ਨਾ ਇਹ ਧੂਣੀਆਂ ਦਿਖਾਉਣ ਦੇ ਮੁਕਾਬਲੇ ਆਖੋ ਹੱਠ ਕਰਨਾ ਸਾਧਨਾ ਕਰਨੀਆਂ ਕਿਉਂਕਿ ਪਹਿਲੇ ਹੀ ਸਾਧਨਾ ਹੁੰਦੀਆਂ ਸੀ ਪੁੱਠੇ ਲਟਕਣਾ ਠੰਡ 'ਚ ਪਾਣੀ ਦੇ ਵਿੱਚ ਖਲੋ ਕੇ ਤਪ ਕਰਦੇ ਸੀ ਅੱਗ ਦੇ ਉੱਤੇ ਤਨ ਨੂੰ ਸਾੜ ਕੇ ਤਪ ਕਰਨਾ ਕਈ ਤਰ੍ਹਾਂ ਦੀ ਯੋਗ ਸਾਧਨਾ ਕਰਨੀਆਂ ਮਹਾਰਾਜ ਕਹਿੰਦੇ ਨਹੀਂ ਉਹਨਾਂ 'ਚ ਫਲ ਜ਼ਿਆਦਾ ਫਲ ਹੈ ਹੀ ਨਹੀਂ ਮਹੱਤਵ ਹੈ ਹੀ ਨਹੀਂ ਜੇ ਮਨ ਨੂੰ ਸਾਧਿਆ ਨਹੀਂ ਤੇ ਫਲ ਨਹੀਂ ਮਿਲਣਾ ਪਰ ਇੱਥੇ ਕਹਿੰਦੇ ਬਲ ਬਹੁਤ ਘੱਟ ਏ ਕੋਈ ਕੀਰਤਨ ਕਰੇ ਕੋਈ ਕਥਾ ਕਰੇ ਪਰ ਮਹੱਤਵ ਬਹੁਤ ਜ਼ਿਆਦਾ ਆਖੋ ਇਹ ਹੀਰਿਆਂ ਦਾ ਵਪਾਰ ਏ ਐਵੇਂ ਨਹੀਂ ਇਹਨੂੰ ਆਖਿਆ ਕੀਰਤਨ ਸਾਰੇ ਬੋਲੋ ਕੀਰਤਨ ਇਸ ਵੇਲੇ ਆਪਾਂ ਬੈਠੇ ਹਾਂ ਇਹ ਗੁਰੂ ਦੀ ਕਿਰਪਾ ਨਾਲ ਤੁਸੀਂ ਹੀਰੇ ਇਕੱਠੇ ਕਰਦੇ ਇਹਦਾ ਪਤਾ ਉਦੋਂ ਲੱਗਦਾ ਹੈ ਜਦੋਂ ਸੰਗਤ ਬਜ਼ੁਰਗਾਂ ਨੇ ਕੀਤੀ ਹੁੰਦੀ ਹੈ ਤੇ ਪੋਤੇ ਪੋਤਰੀਆਂ ਦੋਤੇ ਦੋਤਰੀਆਂ ਖਾਂਦੇ ਹੈ ਆਖੋ ਕਦੋਂ ਮੈਂ ਵੇਖਦਾ ਨਾ ਕਿਸੇ ਨਾਲ ਜੁੜੇ ਆ ਕਈ ਵਾਰੀ ਵੇਖੀ ਨਾ ਛੋਟਾ ਜਿਹਾ ਬੱਚਾ ਹੁੰਦਾ ਉਹ ਤਬਲਾ ਵਜਾ ਰਿਹਾ ਹੁਣ ਪੁੱਛਦੇ ਆ ਕਿੱਥੋਂ ਸਿੱਖਿਆ ਕਦੇ ਆਪੇ ਵਜਾਉਣਾ ਸ਼ੁਰੂ ਕਰ ਤੇ ਜਦੋਂ ਉਹਦੇ ਕਿਸੇ ਪਿਛੋਕੜ ਜਾਓਗੇ ਨਾ ਫਿਰ ਪਤਾ ਲੱਗੇਗਾ ਜੀ ਇਹਦਾ ਦਾਦਾ ਨਾ ਤਬਲਾ ਵਜਾਉਂਦਾ ਹੁੰਦਾ ਸੀ ਆਖੋ ਜਾਂ ਨਾਨੀ ਸੰਗਤ ਜਾਂਦੀ ਹੁੰਦੀ ਸੀ ਫਿਰ ਉਦੋਂ ਸਮਝ ਆਉਂਦੀ ਹੈ ਵੱਡਿਆਂ ਨੇ ਕਮਾਈਆਂ ਕੀਤੀਆਂ ਤੇ ਘਰ ਦੇ ਵਿੱਚ ਬੱਚੇ ਬੱਚੀਆਂ ਪੋਤੇ ਪੋਤਰੀਆਂ ਖਾਂਦੇ ਹੈ ਇਹ ਕਥਾ ਕੀਰਤਨ ਦੀ ਐਸੀ ਅਮੁੱਲੀ ਦਾਤ ਹੈ ਆਖੋ ਸਾਰੇ ਆਖੋ ਜੀ ਆਓ ਹੁਣ ਪਹਿਲਾ ਸ਼ਬਦ ਆਪਾਂ ਪੜ੍ਹੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਹੁਣ ਦੂਜਾ ਸ਼ਬਦ ਕਲਗੀਧਰ ਮਹਾਰਾਜ ਜੀ ਦੀਆਂ ਵਡਿਆਈਆਂ ਕਰੀਏ ਜੀ ਕੋਈ ਰਸਨਾ ਖਾਲੀ ਨਾ ਰਹੇ ਮਿਲ ਮੇਰੇ ਪ੍ਰੀਤ ਮਾਜਿਓ ਤੁਧ ਬਿਨ ਖਰੀ ਨਿਮਾਨੀ ਮਿਲ ਮੇਰੇ ਪ੍ਰੀਤ ਮਾਜਿਓ ਬੋਲੋ
Oh,
ਉਹਦੀ ਵੀ ਹਿਸਟਰੀ ਹੈ ਉਹ ਪਹਿਲੇ ਉਜੜੀ ਥਾਂ ਸੀ ਸੋਕੇ ਵਾਲੀ ਥਾਂ ਸੀ ਇੱਕ ਦਿਨ ਦੋਨੋਂ ਭਰਾ ਬੈਠੇ ਤੇ ਗੁਰਤੇਜ ਬਹਾਦਰ ਸਾਹਿਬ ਜੀ ਦਾ ਘੋੜਾ ਉੱਥੇ ਰੁਕਿਆ ਤੇ ਜਦੋਂ ਘੋੜੇ ਤੋਂ ਗੁਰਤੇਜ ਬਹਾਦਰ ਸਾਹਿਬ ਜੀ ਉਤਰੇ ਤੇ ਜਿਉਂ ਹੀ ਮਹਾਰਾਜ ਨੇ ਚਰਨ ਪਾਏ ਇਹ ਦੋਨਾਂ ਭਰਾਵਾਂ ਨੇ ਵੇਖਿਆ ਤੇ ਕੀ ਵੇਖਦੇ ਨੇ ਗੁਰਤੇਜ ਬਹਾਦਰ ਸਾਹਿਬ ਜੀ ਦੇ ਚਰਨ ਪਏ ਤੇ ਧਰਤੀ ਹਰੀ ਭਰੀ ਹੋ ਗਈ ਆਖੋ ਸਾਰੇ ਆਖੋ ਜੀ ਇਹ ਟਲ ਬਾਣੀ ਹੈ ਜੁਗ ਜੁਗ ਟਲ ਬਾਣੀ ਹੈ ਇੱਕ ਇੱਕ ਅੱਖਰ ਸੱਚ ਹੈ ਤਾਂ ਧਰਤੀ ਪਈ ਜਿੱਥੇ ਮੇਰਾ ਸਤਿਗੁਰ ਬੈਠਾ ਹੈ ਸੁੱਕੇ ਹਰੇ ਕੀ ਇਹ ਖਿਲਵਾਏ ਉਹ ਦੋਨੋਂ ਭਰਾ ਹੈਰਾਨ ਸਾਡੀ ਬੰਜਰ ਧਰਤੀ ਬੰਜਰ ਜ਼ਮੀਨ ਤੇ ਇਹ ਕੈਸੇ ਪਾਤਸ਼ਾਹ ਦੇ ਚਰਨ ਪਾਉਂਦੇ ਧਰਤੀ ਹਰੀ ਭਰੀ ਹੋ ਗਈ ਗੁਰਤੇਜ ਬਹਾਦਰ ਸਾਹਿਬ ਨੂੰ ਦੇਤੀ ਆਖੋ ਮਹਾਰਾਜ ਅੱਜ ਤੋਂ ਇਹ ਤੁਹਾਡੀ ਤੁਹਾਡੇ ਚਰਨ ਪੈਰ ਨਾਲ ਹਰੀ ਹੋਈ ਹੈ ਤੁਹਾਡੀ ਹੈ ਇਹਦਾ ਨਾਂ ਦੋਨੋਂ ਭਰਾ ਕਹਿੰਦੇ ਅਸੀਂ ਅੱਜ ਤੋਂ ਗੁਰੂ ਕਾ ਬਾਗ ਰੱਖਦੇ ਹਾਂ ਆਖੋ ਤੇ ਗੁਰਤੇਜ ਬਹਾਦਰ ਸਾਹਿਬ ਬੜੇ ਪ੍ਰਸੰਨ ਹੋਏ ਤੇ ਬਚਨ ਪਤਾ ਕੀ ਕੀਤੇ ਸੀ ਕਹਿੰਦੇ ਜੇ ਤੁਸੀਂ ਇਹ ਜਗ੍ਹਾ ਸਾਨੂੰ ਦੇ ਦਿੱਤੀ ਹੈ ਜੇ ਤੁਸੀਂ ਕਹਿੰਦੇ ਇਹਦਾ ਨਾਂ ਗੁਰੂ ਕਾ ਬਾਗ ਹੋਏਗਾ ਵੀ ਸਾਡੇ ਚਰਨ ਪੈਰ ਨਾਲ ਹਰੀ ਹੋਈ ਹੈ ਸੁਣਿਆ ਫਿਰ ਗੁਰਤੇਜ ਬਹਾਦਰ ਸਾਹਿਬ ਕੀ ਕਹਿੰਦੇ ਕਹਿੰਦੇ ਜੇ ਇਹ ਗੁਰੂ ਕਾ ਬਾਗ ਹੋਏਗੀ ਫਿਰ ਜਾਓ ਅਸੀਂ ਬਚਨ ਕਰਦੇ ਹਾਂ ਜਿਹੜਾ ਇੱਥੇ ਆ ਕੇ ਬੂਟਾ ਲਾਏਗਾ ਸੁਣਿਆ ਬੜਾ ਕੀਮਤੀ ਬਚਨ ਮਹਾਰਾਜ ਨੇ ਕਿਹਾ ਕਹਿੰਦੇ ਜਿਹੜਾ ਇੱਥੇ ਆਣ ਕੇ ਬੂਟਾ ਲਾਏਗਾ ਗੁਰੂ ਨਾਨਕ ਉਹਦੇ ਘਰ ਬੂਟੇ ਲਾਣਗੇ ਆਖੋ ਉਹਦੇ ਘਰ ਬੂਟੇ ਦਾ ਮਤਲਬ ਉਹਦੇ ਘਰ ਔਲਾਦ ਦੀ ਪ੍ਰਾਪਤੀ ਹੋਏ ਹੁਣ ਗੌਰ ਕਰਿਓ ਉਥੋਂ ਦੀ ਮਰਿਆਦਾ ਜੀ ਅੱਜ ਵੀ ਜਿੰਨਾ ਘਰ ਔਲਾਦ ਨੀ ਹੁੰਦੀ ਉਹ ਗੁਰੂ ਕੇ ਬਾਗ ਚ ਜਾ ਕੇ ਬੂਟਾ ਲਾਉਂਦੇ ਨੇ ਤੇ ਉਹਨਾਂ ਘਰ ਪੁੱਤਰ ਹੁੰਦਾ ਹੈ ਆਖੋ ਇਹ ਅੱਜ ਗੁਰਦੁਆਰਾ ਗੁਰੂ ਕਾ ਬਾਗ ਹੈ ਪਟਨਾ ਸਾਹਿਬ ਹੁਣ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਕਲਗੀਆਂ ਦੇ ਮਹਾਰਾਜ ਇਹਦੇ ਬਾਗ ਚ ਨਾ ਰੋਜ਼ ਖੇਡਦੇ ਸ਼ਾਮ ਦੇ ਟਾਈਮ ਜਦੋਂ ਸਵਾ ਪੰਜ ਸਾਲਾਂ ਬਾਅਦ ਸਾਰੀ ਸੰਗਤ ਨੂੰ ਪਤਾ ਲੱਗਿਆ ਨਾ ਵੀ ਮਹਾਰਾਜ ਜੀ ਹੁਣ ਪੰਜਾਬ ਚੱਲੇ ਆ ਮੁੜ ਪਤਾ ਨੀ ਕਦੋਂ ਆਉਣਾ ਤੇ ਸਾਰੇ ਦਰਾਂ ਚ ਆ ਗਏ ਤੇ ਅੱਜ ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਬਾਗ ਚ ਆਏ ਵੀ ਹੁਣ ਪਤਾ ਸੀ ਇੱਕ ਦੋ ਦਿਨਾਂ ਚ ਚਾਲੇ ਪਾ ਦੇਣੇ ਤੇ ਦੋਨੋਂ ਭਰਾ ਰੋਈ ਜਾਂਦੇ ਨੇ ਕਰੀਮ ਬਖਸ਼ ਤੇ ਰਹੀਮ ਬਖਸ਼ ਕਲਗੀਆਂ ਵਾਲੇ ਮਹਾਰਾਜ ਬਾਲਾ ਪ੍ਰੀਤਮ ਜੀ ਬਚਪਨ ਦਾ ਚੋਜ ਸੁਣਿਓ ਕਹਿੰਦੇ ਤੁਸੀਂ ਰੋਂਦੇ ਕਿਉਂ ਪਏ ਹੋ ਉਹ ਦੋਨੋਂ ਭਰਾ ਕਹਿੰਦੇ ਜੀ ਕਿੱਦਾਂ ਸੋਹਣਾ ਸਮਾਂ ਬੰਦਾ ਸੀ ਤੁਸੀਂ ਆਉਂਦੇ ਸੀ ਤੁਸੀਂ ਖੇਡਦੇ ਸੀ ਅਸੀਂ ਤੁਹਾਡੇ ਖੇਡਦੇ ਦੇ ਦਰਸ਼ਨ ਕਰਦੇ ਸਾਂ ਹੁਣ ਤੁਸੀਂ ਚਲੇ ਜਾਏ ਸਾਨੂੰ ਦਰਸ਼ਨ ਨਹੀਂ ਹੋਇਆ ਕਰਨਗੇ ਅਸੀਂ ਤਾਂ ਰੋਂਦੇ ਪਏ ਹਾਂ ਆਖੋ ਤੇ ਕਲਗੀਆਂ ਵਾਲੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਛੋਟੀ ਉਮਰ ਪੰਜ ਸਾਲ ਸਵਾ ਪੰਜ ਸਾਲ ਦੁਨਿਆਵੀ ਉਮਰ ਉਹਦੇ ਤੇ ਸੱਚੇ ਪਾਤਸ਼ਾਹ ਨਾਲ ਬੋਲਦੇ ਤੂੰ ਸਤਿਗੁਰੂ ਚੋ ਜੁਗੀ ਆਪ ਆਪੇ ਪਰਮੇਸ਼ਰ ਉਹਦੇ ਤੇ ਉਹੀ ਜੋ ਤੇ ਪਰ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਬਸ ਇੰਨੀ ਗੱਲ ਤੇ ਰੁਣਦੇ ਪਏ ਹੋ ਕਿ ਅਸੀਂ ਚਲੇ ਜਾਣਾ ਹੈ ਕਰੀਮ ਬਖਸ਼ ਰਹੀਮ ਬਖਸ਼ ਕਹਿੰਦੇ ਮਹਾਰਾਜ ਸਾਨੂੰ ਤੁਹਾਡੇ ਦਰਸ਼ਨ ਕਿੱਦਾਂ ਹੋਇਆ ਕਰਨਗੇ ਤੇ ਹੁਣ ਸੁਣਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਕਹਿੰਦੇ ਜੇ ਇੰਨੀ ਗੱਲ ਹੈ ਨਾ ਅਸੀਂ ਤੁਹਾਨੂੰ ਦੱਸਦੇ ਹਾਂ ਸਾਡੇ ਦਰਸ਼ਨ ਕਿਵੇਂ ਕਰਿਆ ਕਰੋ ਕਹਿੰਦੇ ਮਹਾਰਾਜ ਕਿਵੇਂ ਕਲਗੀਆਂ ਨੇ ਕਹਿੰਦੇ ਚਿੱਟੀ ਚਾਦਰ ਲਿਆਓ ਉਹ ਦੋਨੋਂ ਭਰਾ ਚਾਦਰ ਲਿਆਏ ਬਾਗ ਚ ਚਾਦਰ ਵਿਛਾਤੀ ਤੇ ਜਦੋਂ ਚਾਦਰ ਵਿਛਾਈ ਤੇ ਦੋਨਾਂ ਭਰਾਵਾਂ ਨੂੰ ਬਿਠਾਇਆ ਕਰੀਮ ਬਖਸ਼ ਰਹੀਮ ਬਖਸ਼ ਕਹਿੰਦੇ ਜਦੋਂ ਤੁਹਾਡਾ ਚਿੱਤ ਕਰੇ ਨਾ ਸਾਡੇ ਦਰਸ਼ਨ ਕਰਨੇ ਨੇ ਅਸੀਂ ਹੋਵਾਂਗੇ ਨੀ ਕਹਿੰਦਾ ਹਾਂ ਕਹਿੰਦੇ ਫਿਰ ਇਹ ਚਿੱਟੀ ਚਾਦਰ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਆਖੋ ਸਾਰੇ ਆਖੋ ਜੀ ਸੁੱਚੀ ਵਿਛਾਈ ਕਰਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਜਦੋਂ ਤੁਸੀਂ ਜਪਜੀ ਸਾਹਿਬ ਪੜਿਆ ਕਰੋਗੇ ਜਪਜੀ ਸਾਹਿਬ ਪੜ ਕੇ ਜਦੋਂ ਅਰਦਾਸ ਕਰੋਗੇ ਤੁਹਾਨੂੰ ਅਸੀਂ ਇਸੇ ਬਾਗ ਚ ਖੇਡਦੇ ਦਿਖਾਈ ਦਿਆ ਕਰਾਂਗੇ ਹੁਣ ਦੇਖੋ ਮਹਾਰਾਜ ਨੇ ਜੁਗਤੀ ਕੀ ਦਿੱਤੀ ਜੇ ਮੇਰੇ ਦਰਸ਼ਨ ਕਰਨੇ ਹੀ ਫਿਰ ਬਾਣੀ ਪੜ ਆਖੋ ਇੱਕ ਡਰੈਸ ਸਮਝ ਲਓ ਦੇਵਤਾ
ਆਪਾਂ ਸ਼ਬਦ ਪੜ ਰਹੇ ਆ ਮਿਲ ਮੇਰੇ ਪ੍ਰੀਤਮਾ ਜੀ ਉਹ ਮਹਾਰਾਜ ਮੈਨੂੰ ਤੇਰੇ ਦਰਸ਼ਨ ਚਾਹੀਦੇ ਆ ਮਹਾਰਾਜ ਕਹਿੰਦੇ ਦਰਸ਼ਨਾਂ ਦੀ ਚਾਬੀ ਮੈਂ ਰੱਖੀ ਏ ਬਾਣੀ ਵਿੱਚ ਆਖੋ ਜੇ ਮੇਰੇ ਦਰਸ਼ਨ ਚਾਹੀਦੇ ਈ ਜਪਜੀ ਸਾਹਿਬ ਦੀ ਬਾਣੀ ਪੜ ਤੈਨੂੰ ਮੈਂ ਵੇਖੀ ਇਸੇ ਬਾਗ ਚ ਖੇਡਦਿਆ ਦੱਸਿਆ ਕਰਾਂਗਾ ਆਖੋ ਸਾਰੇ ਆਖੋ ਜੀ ਵਾਹਿਗੁਰੂ ਔਰ ਸੰਜੇ ਜੀ ਕਿਤੇ ਭਟਕਣ ਦੀ ਲੋੜ ਨਹੀਂ ਗੁਰਬਾਣੀ ਚ ਸਾਰੇ ਖਜ਼ਾਨੇ ਤੂੰ ਜਪਜੀ ਸਾਹਿਬ ਦੀ ਬਾਣੀ ਪੜ ਸੰਤ ਅਕਰ ਸੱਜੀ ਮਸਤੂ ਮਾਨੇ ਇਹਨਾਂ ਦਾ ਜੀਵਨ ਪੜ੍ਹੋ ਉਹਨਾਂ ਚਾਰ ਵਾਰੀ ਟਹਿਰਾ ਲਾਇਆ ਸੀ ਉਹਨਾਂ ਅਰਦਾਸ ਹੋ ਕੇ ਹਜ਼ੂਰ ਸਾਹਿਬ ਚਲੇ ਗਏ ਸੱਚ ਖੰਡ ਸ਼੍ਰੀ ਹਜ਼ੂਰ ਸਾਹਿਬ ਮਸਤੂ ਮਾਨੇ ਤੋਂ ਹਜ਼ੂਰ ਸਾਹਿਬ ਆ ਗਏ ਸੰਤ ਅਕਰ ਸੱਜੀ ਮਸਤੂ ਮਾਨੇ ਦੇ ਇਹ ਅਰਦਾਸਾ ਪਤਾ ਕੀ ਕੀਤਾ ਗੋਦਾਵਰੀ ਦੇ ਨਦੀ ਤੇ ਵੀ ਮੈਂ ਇੱਥੇ ਸਵਾ ਲੱਖ ਪਾਠ ਜਪਜੀ ਸਾਹਿਬ ਦਾ ਕਰਾਂਗਾ ਆਖੋ ਆਏ ਸਾਰੇ ਆਖੋ ਜੀ ਹੁਣ ਆਪਾਂ ਬਾਣੀ ਪੜ੍ਹਦੇ ਬਾਣੀ ਜਿੰਨੀ ਪੜ੍ਹੀਏ ਤਿੰਨੀ ਗੱਲ ਹੈ ਬਾਣੀ ਨੇ ਸਾਡੇ ਪੁੰਨ ਬਣਾਉਣੇ ਪਰ ਇੱਕ ਫਰਕ ਆ ਜਾਂਦਾ ਹੈ ਅਸੀਂ ਬਾਣੀ ਪੜ੍ਹਦੇ ਹਾਂ ਮੇਰੀ ਦੁਕਾਨ ਚੱਲ ਪਵੇ ਆਖੋ ਆਏ ਅਸੀਂ ਬਾਣੀ ਪੜ੍ਹਦੇ ਹਾਂ ਮੇਰਾ ਕਰਜ਼ਾ ਲੱਥ ਜਾਏ ਅਸੀਂ ਖੰਡ ਪਾਠ ਸਾਹਿਬ ਕਰਾਉਂਦੇ ਹਾਂ ਮੇਰਾ ਫਲਾਣਾ ਕਾਰਜ ਹੱਲ ਹੋ ਜਾਵੇ ਮੇਰਾ ਕੇਸ ਜਿੱਤਿਆ ਜਾਵੇ ਐਵੇਂ ਮਾੜੀ ਨਹੀਂ ਆਪਾਂ ਨਹੀਂ ਕਹਿੰਦੇ ਵੀ ਮਾੜੀ ਇਹ ਵੀ ਚੰਗੀ ਹੈ ਕਿਸੇ ਬਹਾਨੇ ਬਾਣੀ ਨਾਲ ਜੁੜ ਕੇ ਤੁਸੀਂ ਗੁਰੂ ਕੋਲੋਂ ਮੰਗਦੇ ਪਏ ਹੋ ਨਾ ਗੁਰੂ ਕੋਲੋਂ ਮੰਗਣਾ ਜਾਇਜ਼ ਜੀ ਨਜਾਇਜ਼ ਕਾਮ ਦਾ ਜਦ ਗੈਰ ਕੋਲੋਂ ਮੰਗੋ ਆਖੋ ਬਾਣੀ ਪੜ੍ਹ ਕੇ ਜੇ ਮੰਗਦੇ ਪਏ ਹਾਂ ਮੁਬਾਰਕੇ ਪਰ ਕਿੰਨਾ ਵਧੀਆ ਹੁੰਦਾ ਹੈ ਜਦੋਂ ਕੋਈ ਬਾਣੀ ਪੜ੍ਹੇ ਸੱਚੇ ਪਾਤਸ਼ਾਹ ਮੈਂ ਖੰਡ ਪਾਠ ਸਾਹਿਬ ਕਰਾਵਾਂਗਾ ਤੁਸੀਂ ਮੇਰੇ ਘਰ ਚਰਨ ਪਾਓ ਆਖੋ ਮੈਂ ਸ਼ਹੀਦਾਂ ਤੋਂ ਬਾਹਰ ਨਿਕਲਿਆ ਤੇ ਇੱਕ ਸਰੀਰ ਮੇਰੇ ਨਾ ਮਗਰ ਪੈ ਗਿਆ ਕਹਿੰਦਾ ਅਰਦਾਸ ਕਰਾਉਣੀ ਤੁਹਾਡੇ ਕੋਲ ਜਿਹਨੇ ਮੈਨੂੰ ਕਿਹਾ ਨਾ ਵੀ ਅਰਦਾਸ ਕਰਾਉਣੀ ਹੈ ਕੋਈ ਆਪਣੀ ਕਮਾਈ ਜ਼ਿਆਦਾ ਸੀ ਮੈਂ ਸ਼ਹੀਦਾਂ ਜਾਣਾ ਅੱਧਾ ਪੌਣਾ ਘੰਟਾ ਜਾਂ ਘੰਟਾ ਡੇਢ ਘੰਟਾ ਬੈਠੀ ਦਾ ਉਹਦਾ ਅੱਠ ਅੱਠ ਘੰਟੇ ਦਾ ਚੁੱਕ ਰਿਹਾ ਸ਼ਹੀਦਾਂ ਸਾਹਿਬ ਆਖੋ ਬਾਬਾ ਦੀਪ ਸਿੰਘ ਦੇ ਦਰ ਤੇ ਮੈਨੂੰ ਪਤਾ ਵੀ ਇਹਦੀ ਕਮਾਈ ਜ਼ਿਆਦਾ ਹੈ ਉਹ ਮੇਰੇ ਮਗਰ ਪਿਆ ਕਹਿੰਦਾ ਅੱਜ ਕਾਹੂ ਆਏ ਹੋ ਤੇ ਅਰਦਾਸ ਕਰੋ ਮੈਂ ਅਰਦਾਸ ਕਰਾਣੀ ਤੁਹਾਡੇ ਮੈਨੂੰ ਕਰਿਓਸਕੀ ਇਹ ਆਈ ਮੈਂ ਕਿਹਾ ਇਹਨੇ ਕੋਈ ਦੁਨਿਆਵੀ ਚੀਜ਼ ਤਾਂ ਮੰਗਣੀ ਨਹੀਂ ਹੈ ਜੀ ਆਖੋ ਇਹਨੇ ਤੇ ਕਹਿਣਾ ਨੀ ਮੈਨੂੰ ਔਲਾਦ ਮਿਲਦੇ ਕੁਛ ਹੋਰ ਹੋ ਜੇ ਇਹਦੀ ਮੰਗ ਵੀ ਵੱਖਰੀ ਹੋਏਗੀ ਸਰ ਮੈਂ ਇਹ ਕਰਿਓਸਕੀ ਨਾਲ ਨਾ ਇਹਦੀ ਵੱਖਰੀ ਮੰਗ ਹੋਣੀ ਹੈ ਤਾਂ ਉਹਨੂੰ ਪੁੱਛਿਆ ਮੈਂ ਕਿਹਾ ਚਲੋ ਫਿਰ ਦੱਸ ਕੀ ਅਰਦਾਸ ਕਰਾਉਣੀ ਹੈ ਉਹਦੀ ਅਰਦਾਸ ਸੁਣਿਓ ਕਹਿੰਦਾ ਮੇਰੀ ਅਰਦਾਸ ਕਰੋ ਕਿ ਬਾਬਾ ਦੀਪ ਸਿੰਘ ਜੀ ਰਾਤੀ ਮੇਰੇ ਨਾਲ ਮੇਰੇ ਘਰ ਡਿਨਰ ਇਕੱਠੇ ਕਰਾਂ ਮੈਂ ਤੇ ਬਾਬਾ ਦੀਪ ਸਿੰਘ ਜੀ ਆਖੋ ਬਾਬਾ ਜੀ ਮੇਰੇ ਘਰ ਡਿਨਰ ਤੇ ਆਣ ਤੇ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ ਮੈਂ ਹੈਰਾਨ ਹੋ ਗਿਆ ਹੁਣ ਆਹ ਕੌਣ ਮੰਗਦਾ ਆਖੋ ਆਪਾਂ ਕੁੜਮਾਂ ਨੂੰ ਰੋਟੀਆਂ ਖਵਾਉਂਦੇ ਹਾਂ ਜਵਾਈ ਭਾਈ ਨੂੰ ਡਿਨਰ ਤੇ ਬੁਲਾਉਂਦੇ ਹਾਂ ਜਾਂ ਹੋਰ ਗੈਸਟ ਜਿਹਦੇ ਨਾਲ ਜਿਹਦੇ ਨਾਲ ਅਟੈਚਮੈਂਟ ਹੁੰਦੀ ਉਹਦੇ ਘਰ ਜਾਂਦੇ ਹਾਂ ਜਾਂ ਉਹਨੂੰ ਬੁਲਾਉਂਦੇ ਹਾਂ ਨਾ ਵੀ ਤੁਸੀਂ ਸਾਡੇ ਘਰ ਲੰਚ ਕਰੋ ਡਿਨਰ ਕਰੋ ਪਰ ਜਿਹਦੀ ਇੰਨੀ ਇੰਨੀ ਆਸ ਹੈ ਵੀ ਗੁਰੂ ਨਾਨਕ ਤੁਸੀਂ ਮੇਰੇ ਘਰ ਕਦੋਂ ਆਓਗੇ ਮੈਂ ਤੁਹਾਨੂੰ ਭੋਜਨ ਛਕਾਵਾਂ ਆਖੋ ਤੇ ਕੋਈ ਇਸ ਕਰਕੇ ਬਾਣੀ ਪੜੇ ਕਿੱਡੀ ਵੱਡੀ ਗੱਲ ਸੰਤ ਅਕਰ ਸਿੰਘ ਜੀ ਮਸਤੂ ਆਉਣੇ ਵਾਲੇ ਸਵਾ ਲੱਖ ਜਪਜੀ ਸਾਹਿਬ ਦਾ ਅਰਦਾਸਾ ਕਰਤਾ ਕਲਗੀਆਂ ਵਾਲੇ ਦੇ ਦਰਸ਼ਨ ਕਰ ਬਾਬਾ ਜੀ ਕਹਿੰਦੇ ਸੀ ਸਵਾ ਲੱਖ ਜਪਜੀ ਸਾਹਿਬ ਫੜ ਕੇ ਜੋ ਮੂੰਹੋਂ ਮੰਗੇ ਉਹ ਮਿਲਦਾ ਹੈ ਮੁਰਦਿਆਂ ਚ ਵੀ ਜਾਨ ਪੈ ਜਾਂਦੀ ਕੋਈ ਕਰੇ ਤੇ ਸਹੀ ਆਖੋ ਸਾਰੇ ਆਖੋ ਜੀ ਹੁਣ ਇਹਨਾਂ ਨੇ ਕਰਤਾ ਅਰਦਾਸਾ ਇਹ ਗਿਣਤੀ ਕਿੱਦਾਂ ਕਰਦੇ ਸੀ ਗੋਦਾਵਰੀ ਦੇ ਕੰਢੇ ਤੇ ਬਹਿ ਜਾਣਾ ਤੇ ਛੋਟੇ ਛੋਟੇ ਤੁਹਾਨੂੰ ਪਤਾ ਨਦੀਆਂ ਦੇ ਕੰਢੇ ਤੇ ਛੋਟੇ ਛੋਟੇ ਪੱਥਰ ਹੁੰਦੇ ਆ ਗੋਲ ਬਜਰੀ ਕਹੇ ਬਾਬਾ ਜੀ ਨੇ 100 ਪੱਥਰ ਕੋਲ ਰੱਖ ਲੈਣਾ ਗਿਣ ਕੇ ਇੱਕ ਪਾਠ ਪੂਰਾ ਹੋ ਗਿਆ ਫਿਰ ਦਿਮਾਗ ਨੂੰ ਗਿਣਤੀ ਦੀ ਇੱਕੋ ਨੇ ਗਿਣਤੀ ਕਰ ਲੈਣੀ 100 ਪੱਥਰ ਰੱਖ ਲੈਣਾ ਕੋਲ ਇੱਕ ਪਾਠ ਪੂਰਾ ਹੋਣਾ ਇੱਕ ਪੱਥਰ ਚੁੱਕਣਾ ਤੇ ਨਦੀ ਨੂੰ ਸੁੱਟ ਦੇਣਾ ਆਖੋ ਦੂਜਾ ਪਾਠ ਪੂਰਾ ਹੋਣਾ ਤੇ ਦੂਜਾ ਪੱਥਰ ਚੁੱਕਣਾ ਤੇ ਨਦੀ ਨੂੰ ਸੁੱਟ ਦੇਣਾ ਵੀ ਦੁਬਾਰਾ ਗਿਣਤੀ ਦੀ ਨਹੀਂ ਲੋੜ ਜੇ ਇੱਕ ਪਾਠ ਪੂਰਾ ਇੱਕ ਕੇਵਲ ਇਹਨਾਂ ਮਨ ਨੂੰ ਬੰਨਣਾ ਪੈਂਦਾ ਜੇ ਆਪਾਂ ਇਹ ਵੀ ਨਾ ਬੰਨੀਏ ਫਿਰ ਕਾਰੀ ਨਹੀਂ ਪਾਵਾਂਗੇ ਆਖੋ ਕਈ ਗੱਲ ਗਿਣਤੀਆਂ
دکانداری بھی کرنی سروس بھی کرنی بچیاں دیاں ڈیوٹیاں بھی کرنی یہ وچ رہ کے انج نیم نال بھی پانی پڑی جاؤ گے کدے تاں وی مکتی ہے آکھو تاں وی کلیان ہے ساڈے مصر کئی بھڑا ہے وہ گھر چ پاٹھ کردی ہے تو گنتی کی کردی ہے راجما دے دانے گن کے رکھ لیندی ہے آکھو مان لو 50 دانے راجما دے کول رکھ لے بھی جنے پاٹھ ہوئے اے ایک کولی چ کڈ کے دوجی کولی چ پائی جانے ہیں جدو سوا لکھ پاٹھ کیتا درشن آئے پھر من ڈولیا میرے پانی پڑھنے کی غلطی ہونی میں دوبارہ کردا ماں آخو جانی پتر پال سنگھ جی ہونے کتھا جی کیا ہے کہندے ایک واری پھر انہوں نے مول منتر کا ابھیاس کیتا سوا لکھ تیجی واری سوا لکھ جاپ صاحب کا ابھیاس کیتا آخو تے چوتھی واری کتے دے پھر جوگی صاحب نے کہا کتے نے کہا گوبندے مکندے ادارے اپارے ہریاں کربیاں نے نامے کامے اے جاپ کیا جب چوتھی واری بھی درشن آنا ہوئے تو ہوں سنت سنگھ ہو رہے نا ندی وشال مارتی آخو شہر میرے پاپ اے زیادہ میرے درشن نہیں ہونے ادھر شال ماری ادھر پچھوں کسی نے شال ماری تو کٹن والے کوئی نہیں سی کٹن والے سر شری گرو گوبند سنگھ جی مہاراج آخو بھائی سارے آخو جی مل میرے پریتما جی وہ بن کھری نمانی دو مثال دنیا سن پہلی یہ اتحاسک ساکھی ہے کریم بخش رحیم بخش نے مہاراج نے کہا سی تھی جب جی صاحب پڑھیا کرو گے تو سارے درشن ہو جا کر گے جی کھیڑ دیا گے تو مہاراج تو پنجاب آ گئے جنہیں دیر دونوں برا جیتے رہے جب جی صاحب پڑھ کے گرو گوبند سنگھ جی درشن کرتے رہے جی روز کے آخو سارے آخو جی آپ بھی درشن کر رہے ہوں بانی کا ابھیاس بناؤ جب جی صاحب پڑھیے پراتن سکھان کے جیون دیکھو کسی کا 21 پاٹھاں کا نت نیم سی جب جی صاحب کوئی 26 پاٹھ کرتا سی کوئی 31 پاٹھ کرتا پرانے سکھ جیون ہی ادا کا ساڈے امرتسر ہوں بھی ایک لال سنگھ درجی چھتی ہوئی چون کے دربار صاحب کے بالکل کول میں سماپتی کر لگا دوجا جڑا بھجن کرنا سی کل کرا گے لال سنگھ درجی انہوں بارے سانو پتا لگا بھی 84 پال جپجی صاحب روز کرتا ہے آخو میں مہاپرکھا کول بیٹھا تھا بھائی گوبند سنگھ پوچھتے ہیں 84 پال کیویں کرتا ہے امرت ویلے اٹھ کے شنان روز کردا وا ناشتا یا چاہ پانی لین تو پہلے جنو اپا بیڈ ٹی کہہ دینے آں کئی سوتے اٹھے لیندے آں ترتے پھرتے ہی مان لو کئی بار تھکاوٹ ہوتی بھائی بھی اس جھوٹے لین والی کرسی سے بہ جانے ہوتے تر پھر کے بھی کر لینا نیندر وہ بھی چوکڑے لگاتار کرنے کنٹینیو کرنے انہیں ایک چوکڑا کیا جاتا ہے سارا دن درجی ہوتے ہیں ہاتھ ماں ٹیلی ویژن
ਜਾਂ ਮੈਚ ਦੇਖਦੇ ਹੋਣਗੇ ਜਾਂ ਗਾਣੇ ਲੱਗੇ ਆ ਜਾਂ ਫਿਲਮ ਲੱਗੀ ਏ ਤੇ ਜੇ ਇਹਨੂੰ ਦੁਨਿਆਵੀ ਦਰਤੀ ਮੈਚ ਵੇਖਦੇ ਆ ਫਿਲਮਾਂ ਵੇਖਦੇ ਆ ਗਾਣੇ ਸੁਣਦੇ ਆ ਕੱਪੜੇ ਕੱਟ ਸਕਦੇ ਸੀ ਸਕਦੇ ਤੇ ਇੱਕ ਬਾਣੀ ਵੀ ਤੇ ਪੜਦਾ ਕਰ ਸਕਦਾ ਨਾ ਆਹੋ ਤ੍ਰੇੜ ਪਾਰ ਜਿੰਨਾ ਮੇਰਾ ਕੰਮ ਕਾਰ ਕਰਦੇ ਆ ਜਿਹੜੀ ਪੰਕਤੀ ਹੈ ਨਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਉਹ ਫਿਰ ਮਹਾਂਪੁਰ ਕਹਿੰਦੇ ਵੀ ਤੇਰੀ ਗੱਲ ਠੀਕ ਹੈ ਵੀ ਏਦਾਂ ਹੋ ਸਕਦੇ ਹੈ ਇਹ ਸਾਡੇ ਵਾਸਤੇ ਪੂਰਨੇ ਆ ਇਹ ਪੁਰਾਤਨ ਇਤਿਹਾਸਕ ਸਾਖੀਆਂ ਤੋਂ ਵੀ ਗੁਰੂ ਸਾਹਿਬ ਨੇ ਉਹਨਾਂ ਦੋਨਾਂ ਭਰਾਵਾਂ ਨੂੰ ਦਿੱਤੀ ਵੀ ਜੇ ਮੇਰੇ ਦਰਸ਼ਨ ਕਰਨੇ ਜਪਜੀ ਸਾਹਿਬ ਪੜ੍ਹੋ ਤੇ ਆਪਾਂ ਕਿਉਂ ਨਾ ਪੜ੍ਹੀਏ ਆਖੋ ਅੱਜ ਵੀ ਸਿੱਖ ਪੜ੍ਹਦੇ ਹੈ ਪੜ੍ਹਨ ਵਾਲੇ ਪੜ੍ਹਦੇ ਹੈ ਤੇ ਉਹਨਾਂ ਦੀਆਂ ਝੋਲੀਆਂ ਸੱਚੇ ਪਾਤਸ਼ਾਹ ਭਰਦੇ ਹੈ ਤੇ ਇੱਕ ਐਡਰੈਸ ਮਹਾਰਾਜ ਨੇ ਹੋਰ ਦਿੱਤਾ ਸੀ ਉਹ ਕੱਲ੍ਹ ਸੇਵਾ ਲੈ ਲੈਣਗੇ ਆਓ ਹੁਣ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਵੀ ਦਿਲ ਮੇਰੇ ਤੀਤਰ ਮਾਗਿਓ ਸਤਿਕਾਰ ਵਜੋਂ ਜਿੰਨੀ ਮਾਇਆ ਹਾਜ਼ਰ ਹੋਈ ਏ
ਤੁਹਾਡੀ ਦਿੱਤੀ ਮਾਇਆ ਦਾ ਇੱਕ ਇੱਕ ਪੈਸਾ ਬਾਬੇ ਨਾਨਕ ਦੀ ਕਿਰਪਾ ਸਾਡੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਬੀਬੀ ਕੋਲਾਂ ਜੀ ਵਾਲੇ ਉਹਨਾਂ ਦਾ ਇਹ ਸਾਜਿਆ ਹੋਇਆ ਜੱਥਾ ਹੈ ਨਿਸ਼ਕਾਮ ਜੱਥਾ ਹੈ ਜਿੰਨੀ ਮਾਇਆ ਆਪ ਜੀ ਦਿੰਦੇ ਹੋ ਅੰਮ੍ਰਿਤਸਰ ਦੇ ਵਿੱਚ ਬੀਬੀ ਕੋਲਾਂ ਜੀ ਭਲਾਈ ਕੇਂਦਰ ਚੱਲਦਾ ਜਿਹਦੀਆਂ 19 ਸ਼ਹਿਰਾਂ 'ਚ ਬ੍ਰਾਂਚਾਂ ਨੇ ਪਟਿਆਲਾ ਜਲੰਧਰ ਲੁਧਿਆਣੇ ਦਿੱਲੀ ਬਰੇਲੀ ਮੇਰਠ ਅਹਿਮਦਾਬਾਦ ਸੂਰਤ ਇੱਦਾਂ ਲਖਨਊ 19 ਸ਼ਹਿਰਾਂ 'ਚ 8-9 ਹਜ਼ਾਰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਉਹ ਵਿਡੋ ਫੈਮਿਲੀ ਜਿਹੜੀ ਹੁੰਦੀ ਇਹਨਾਂ ਵੀ ਘਰ ਵਾਲੇ ਦੀ ਡੈਥ ਹੋ ਗਈ ਸਹੁਰੇ ਪੇਕੇ ਕਈ ਵਾਰੀ ਮਦਦ ਨਹੀਂ ਕਰਦੇ ਬੱਚੇ ਹੁੰਦੇ ਨੇ ਇਨਕਮ ਸੋਰਸ ਕੋਈ ਵੀ ਨਹੀਂ ਹੁੰਦਾ ਐਸੀਆਂ ਵਿਧਵਾ ਬੀਬੀਆਂ ਨੂੰ ਰਾਸ਼ਨ ਕਾਰਡ ਬਣਾ ਕੇ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਤੁਹਾਡੀ ਇਸੇ ਮਾਇਆ 'ਚੋਂ ਅਤੇ ਸੰਗਤ ਜੀ ਇਨਕਮ ਸੋਰਸ ਕੋਈ ਨਹੀਂ ਹੁੰਦਾ ਅਤੇ ਐਸੀਆਂ ਵਿਧਵਾ ਬੀਬੀਆਂ ਦੇ ਪਰਿਵਾਰਾਂ ਦੇ ਸੰਸਥਾ ਵੱਲੋਂ ਰਾਸ਼ਨ ਕਾਰਡ ਬਣਾ ਕੇ ਉਹਨਾਂ ਨੂੰ ਫਰੀ ਰਾਸ਼ਨ ਦਿੱਤਾ ਜਾਂਦਾ ਕਿਸੇ ਨੂੰ 2000 ਰੁਪਇਆ ਮਹੀਨਾ ਕਿਸੇ ਨੂੰ 1000 ਰੁਪਇਆ ਮਹੀਨਾ ਜਿੰਨੀ ਜਿੰਨੀ ਉਹਨਾਂ ਨੂੰ ਲੋੜ ਹੋਵੇ ਅਤੇ ਸੰਗਤ ਜੀ 8-9 ਹਜ਼ਾਰ ਵਿਧਵਾ ਬੀਬੀਆਂ ਰਾਸ਼ਨ ਲੈਂਦੀਆਂ ਅਤੇ ਇਹਦੇ ਤੋਂ ਇਲਾਵਾ 3 ਹੋਸਪਿਟਲ 3 ਸਕੂਲ 3 ਸਰਾਵਾਂ ਅਤੇ 3 ਗੁਰਦੁਆਰਿਆਂ ਦੀ ਕਾਰ ਸੇਵਾ ਇੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਕੋਵਿੰਡ ਸਾਹਿਬ ਹੈ ਕਿਉਂਕਿ 26-27 ਜਨਵਰੀ ਨੂੰ ਬਾਬੇ ਦਾ ਜਨਮ ਦਿਹਾੜਾ ਇਸ ਵੇਲੇ ਉੱਥੇ ਪੇਂਟ ਦੀ ਸੇਵਾ ਹੋ ਰਹੀ ਹੈ ਰੰਗ ਰੋਗਣ ਦੀ ਅਤੇ ਉੱਥੋਂ ਦੀ ਕਾਰ ਸੇਵਾ ਇੱਕ ਭਾਈ ਕੁੱਲਾ ਭਾਈ ਤਾਰੂ ਸਿੰਘ ਜੀ ਸ਼ੀਰ ਕੁੱਲਾ ਸਾਹਿਬ ਉਹਨਾਂ ਦਾ ਜਨਮ ਅਸਥਾਨ ਹੈ ਜਿਨ੍ਹਾਂ ਨੇ ਕੇਸ ਲੱਥ ਲਵਾ ਲਏ ਇਹ ਖੋਪੜੀ ਲਵਾ ਲਈ ਪਰ ਕੇਸ ਨਹੀਂ ਲੱਥਣ ਦਿੱਤੇ ਉਹਨਾਂ ਦੇ ਜਨਮ ਅਸਥਾਨ ਦੀ ਕਾਰ ਸੇਵਾ ਅਤੇ ਤੀਜਾ ਗੁਰਦੁਆਰਾ ਇਹ ਛਪਾਲ ਬੀਬੀ ਮੀਰੋ ਜੀ ਦੀਆਂ ਜਿੱਥੇ ਲਾਵਾਂ ਹੋਈਆਂ ਉੱਥੋਂ ਦੇ ਗੁਰਦੁਆਰੇ ਦੀ ਕਾਰ ਸੇਵਾ ਅਤੇ 3 ਸਵਾਵਾਂ 3 ਗੁਰਦੁਆਰਿਆਂ ਦੀਆਂ ਕਾਰ ਸੇਵਾ ਚੱਲ ਰਹੀਆਂ ਅਤੇ ਪਿਛਲੇ 3 ਮਹੀਨਿਆਂ 'ਚ 3 ਨਵੀਆਂ ਸੇਵਾ ਸ਼ੁਰੂ ਹੋਈ ਹੈ ਤੁਹਾਡੇ ਹਸਪਤਾਲ 'ਚ ਸੰਗਤ ਨੇ ਇੱਥੋਂ ਵੀ ਸੇਵਾ ਕੀਤੀ ਸੀ MRI ਮਸ਼ੀਨ ਅਤੇ ਸਿਟੀ ਸਕੈਨ ਮਸ਼ੀਨ ਉਹ ਹੁਣ ਲੱਗ ਗਈ ਹੈ 3 ਮਹੀਨੇ ਹੋ ਗਏ ਉਹਦਾ ਮਹੂਰਤ ਹੋ ਗਿਆ ਇਹ 9 ਕਰੋੜ ਦੀ ਲਾਗਤ ਨਾਲ ਇਹ ਦੋਨੋਂ ਮਸ਼ੀਨਾਂ ਲਾਈਆਂ ਗਈਆਂ ਸੀ ਬਾਹਰ MRI 25,000 ਦੀ ਹੁੰਦੀ ਹੈ 5-8-10 ਹਜ਼ਾਰ ਤੋਂ ਸ਼ੁਰੂ ਹੋ ਕੇ ਸਾਡੇ ਅੰਮ੍ਰਿਤਸਰ ਪਰ ਤੁਹਾਡੇ ਹਸਪਤਾਲ ਦੇ ਵਿੱਚ 2100 ਰੁਪਏ ਦੇ ਵਿੱਚ MRI ਅਤੇ 1300 ਰੁਪਏ ਦੇ ਵਿੱਚ ਸਿਟੀ ਸਕੈਨ ਮਸ਼ੀਨ ਹੁੰਦੀ ਹੈ ਇਹ ਟੈਸਟ ਕੀਤੇ ਜਾਂਦੇ ਹੈ ਵੀ ਹਰੇਕ ਬੰਦੇ ਦੀ ਲੇਬਰ ਕਲਾਸ ਵੀ ਹੈ ਕੋਈ ਮੜਿਓਕਰ ਫੈਮਿਲੀ ਹੈ ਗਰੀਬ ਬੰਦਾ ਉਹਦਾ ਇਲਾਜ ਵੀ ਹੋ ਜਾਏ ਜਿਹਦੀ 10,000 ਤਨਖਾਹ ਉਹ 25,000 ਦੀ MRI ਕਿਰਾਏ ਨਹੀਂ ਪਾਉਂਦਾ ਉਹਦੇ ਮਾਲਕ ਵੀ ਨਹੀਂ ਅਫੋਰਡ ਕਰਦੇ ਕਿਉਂਕਿ ਅਸੀਂ ਤਾਂ ਲਾਈ ਸੀ ਜਦੋਂ ਕਈ ਸ਼ੋਰੂਮ ਨੇ ਉਹਨਾਂ ਦੇ 20 ਬੰਦੇ ਥੱਲੇ ਕੰਮ ਕਰ ਰਹੇ ਸਾਡੇ ਸੰਗੀ ਨੇ ਸ਼ੋਰੂਮ ਵਾਲੇ ਅਤੇ ਉਹ ਅਲਟਰਾਸਾਊਂਡ ਕਰਾ ਲੈਂਦੇ ਸੀ ਬਾਕੀ ਤਾਂ ਕਰਾ ਦਿੰਦੇ ਸੀ ਕਹਿੰਦੇ ਭਾਜੀ MRI ਮੈਂ ਕਿਹਾ ਸਾਡੇ ਕੋਲ ਹੈਗੀ ਨਹੀਂ ਅਤੇ ਹੁਣ ਉਹ ਕਹਿੰਦੇ ਵੀ 20 ਬੰਦਿਆਂ ਦੀ ਮੈਂ MRI ਵਰਗਾ ਖਰਚਾ ਕਿੱਥੋਂ ਕਰਾਂਗਾ ਲੋਕ ਕਿਰਾਏ ਨਹੀਂ ਸੀ ਪਾਉਂਦੇ ਹੁਣ ਉਹ ਵੀ ਸੰਗਤ ਦੇ ਉੱਤਰ ਨਾਲ ਜਿੰਨੀ ਤੁਸੀਂ ਮਾਇਆ ਦਿੰਦੇ ਹੋ ਇਹ ਸੇਵਾ ਸ਼ੁਰੂ ਹੋ ਗਈ ਹੈ ਪਿਛਲੇ 3 ਮਹੀਨਿਆਂ 'ਚ ਇੱਕ ਦੂਜੀ ਨਵੀਂ ਸੇਵਾ ਸ਼ੁਰੂ ਹੋਈ ਹੈ 3 ਮਹੀਨਿਆਂ ਤੋਂ ਇਹ ਚਾਟੀ ਮਿੰਟ ਚੌਂਕ ਸ਼ਹੀਦਾਂ ਸਾਹਿਬ ਦੇ ਬਿਲਕੁਲ ਕੋਲ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਮ ਬਣਾਈ ਗਈ 4,000 ਗਜ ਜਗ੍ਹਾ ਲੈ ਕੇ ਸ਼ੈਲਰ ਸੀ ਅੱਧਾ ਸ਼ੈਲਰ ਲਿਆ ਸੀ ਅਤੇ 25 ਕਰੋੜ ਦੀ ਲਾਗਤ ਨਾਲ ਉਹ ਸਰਾਮ ਬਣੀ ਉਹ 75 ਕਮਰੇ ਹੈ ਅਤੇ ਪੂਰੇ ਜਿੱਦਾਂ 3-star ਹੋਟਲ ਹੁੰਦਾ ਨਾ ਸਾਰੀਆਂ ਫੈਸਿਲਿਟੀਆਂ ਪਾਰਕਿੰਗ ਵੀ ਹੈ ਝੂਟੇ ਵੀ ਲਾਏ ਆ ਹਰ ਕਮਰੇ 'ਚ AC ਗੀਜ਼ਰ ਫਰਿੱਜ ਸਾਰੀਆਂ ਫੈਸਿਲਿਟੀਆਂ ਅਤੇ ਕਿਰਾਇਆ ਕੇਵਲ 400 ਰੁਪਈਆ ਅਤੇ ਉਹ ਵੀ ਸੰਗਤ ਨੂੰ ਬੜਾ ਸੁੱਖ ਹੈ 2 ਮਿੰਟ ਦਾ ਪੈਦਲ ਰਸਤਾ ਸ਼ਹੀਦਾਂ ਦਾ ਅਤੇ ਉੱਤੋਂ ਅੱਗੇ ਗੱਡੀਆਂ ਸ਼ਹੀਦਾਂ ਤੋਂ ਅੱਗੇ ਜਾਂਦੀਆਂ ਨਹੀਂ ਦਰਬਾਰ ਸਾਹਿਬ ਉੱਥੇ ਗੱਡੀਆਂ ਦੀ ਪਾਰਕਿੰਗ ਵੀ ਹੈ ਅਤੇ ਤੀਸਰੀ ਸੇਵਾ ਜਿਹੜਾ ਚੁਪਹਿਰਾ ਹਰ ਐਤਵਾਰ ਤੁਸੀਂ ਸ਼ਹੀਦਾਂ ਸਾਹਿਬ ਦੇਖਦੇ ਹੋ ਵੀਡੀਓ ਆਉਂਦੀਆਂ ਹੋਣੀਆਂ ਵੀ ਸੜਕਾਂ 'ਤੇ ਸੰਗਤ ਬੈਠੀ 4-4 ਲੱਖ ਬੰਦਾ ਬੈਠਾ ਜਦੋਂ ਸ਼ਾਮੀ 4 ਵਜੇ ਭੋਗ ਪੈਂਦਾ ਤਾਂ ਸੰਗਤ ਨਾਲ ਫਿਰ ਲੰਗਰ ਵੀ ਨਹੀਂ ਛੱਡਦੀ
ਇੱਕ ਕਾਲੀ ਨਾਲ ਉਹਨਾਂ ਨੂੰ ਘਰ ਭੱਜਣ ਦੀ ਕਾਲੀ ਹੁੰਦੀ ਵੀ ਜਾਮ 'ਚ ਨਾ ਫਸ ਜਾਈਏ। 3-4 ਲੱਖ ਬੰਦਾ ਇਕੱਠਾ ਜਦੋਂ ਸੜਕਾਂ 'ਤੇ ਆਉਣਾ ਜਾਮ ਲੱਗ ਜਾਂਦਾ ਅਤੇ ਅਸੀਂ ਫਿਰ ਵੇਖਿਆ ਵੀ ਸੰਗਤ ਇੱਕਦਮ ਉੱਠ ਕੇ ਭੱਜਦੀ ਹੈ ਅਤੇ ਤੁਹਾਡੇ ਹਸਪਤਾਲ 'ਚ ਲੰਗਰ ਪਾ ਕੇ ਨਾ ਰਾਜਮਾਂਹ ਚੌਲ ਜਾਂ ਕੜੀ ਚੌਲ ਜਾਂ ਕੋਈ ਹੋਰ ਵਰਾਇਟੀ ਡੱਬੀਆਂ 'ਚ ਪੈਕ ਜਿੱਦਾਂ ਹਵਾਈ ਜਹਾਜ਼ 'ਚ ਡੱਬੀਆਂ ਦਿੰਦੇ ਆ ਇੱਦਾਂ ਦੀ ਪੈਕਿੰਗ ਕਰਕੇ ਵੀ ਚੁਪਹਿਰੇ ਵਾਲੀ ਸੰਗਤ ਜਿਹੜੀ ਸਵੇਰ ਦੀ ਬੈਠੀ ਹੈ ਅਤੇ 4 ਵਜੇ ਭੋਗ ਪਿਆ ਹੁਣ ਖਾਂਦੀ ਵੀ ਨਹੀਂ ਉਹਨਾਂ ਤੱਕ ਲੰਗਰ ਸਕਾਈ ਫਿਰ ਉਹਨਾਂ ਨੂੰ ਭੇਜੀਦਾ। ਇਹ ਵੀ ਸੇਵਾ ਨਵੀਂ ਸ਼ੁਰੂ ਹੋਈ ਹੈ। ਇਹ ਸਰਕਾਰ ਦੱਸੀਦਾ ਵੀ ਸੰਗਤ ਦੇ ਧਿਆਨ 'ਚ ਆ ਜੇ। ਸੰਗਤ ਮਾਈ ਬਾਪ ਹੁੰਦੀ ਹੈ ਫਿਰ ਸੰਗਤ ਕਰਨ ਕਰਾਉਣ ਵਾਲੀ ਹੁੰਦੀ ਹੈ। ਸੰਗਤ ਜਦੋਂ ਬਰਕਤ ਪਾ ਦਿੰਦੀ ਹੈ ਨਾ ਤਾਂ ਸਾਰੇ ਕਾਰਜ ਆਪਣੇ ਆਪ ਹੋ ਜਾਂਦੇ ਹੈ। ਅਤੇ ਕੇਵਲ ਦੱਸਣ ਦਾ ਮਨੋਰਥ ਹੁੰਦਾ ਵੀ ਤੁਸੀਂ ਜਿਹੜੀ ਮਾਇਆ ਦਿੰਦੇ ਹੋ ਇਹਨਾਂ ਕਾਰਜਾਂ ਵਿੱਚ ਵਰਤੀ ਜਾਂਦੀ ਹੈ। ਜਸਮੀਤ ਭਾਈ ਦੇ ਮੇਰਾ ਖਲ 15 ਕੁ ਸਾਲ ਹੋ ਗਿਆ ਪਿਆਰ ਪਿਆ ਪਰ ਅੰਮ੍ਰਿਤਸਰ ਇੱਕ ਵਾਰੀ ਵੀ ਨਹੀਂ ਆਏ ਆਖੋ ਆਏ ਨੀ। ਜਸਵਿੰਦਰ ਭੈਣ ਜਸਵਿੰਦਰ ਭਾਜੀ ਉਹ ਦਿੱਲੀ ਗਏ ਆ ਉਹਨਾਂ ਦਾ ਪਰਿਵਾਰ ਉਹ ਆਉਂਦੇ ਰਹਿੰਦੇ ਆ ਪਰ ਇਹ ਨਹੀਂ ਕਦੀ ਆਏ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਨੂੰ ਸੱਚੇ ਪਾਤਸ਼ਾਹ ਵਰਤਾਈ ਜਾਂਦੀ ਹੈ। ਆਓ ਹੁਣ 10 ਕੁ ਮਿੰਟ ਦਾ ਪ੍ਰੋਗਰਾਮ ਹੋ ਰਹੇ ਉਹ ਅਨਾਊਂਸਮੈਂਟ ਕੀਤੀ ਜਾਏਗੀ। ਸਾਰੇ ਫਤਿਹ ਬੁਲਾਓ ਅਤੇ ਜਿਹੜੇ ਅਗਲੇ ਪ੍ਰੋਗਰਾਮ ਨੇ ਸਵੇਰੇ ਅੰਮ੍ਰਿਤ ਵੇਲਾ ਹੈ ਉਹ ਅਨਾਊਂਸਮੈਂਟ ਕੀਤੀ ਜਾਏਗੀ ਤਾਂ ਵੇਰਵਾ ਸਾਰਿਆਂ ਕੋਲ ਹੈਗਾ। ਐਤਵਾਰ ਸ਼ਾਮ ਤੱਕ ਤੁਹਾਡੀ ਧੂਰੀ ਲੈਣ ਤੁਹਾਡੇ ਦੁਬਈ ਦੇ ਵਿੱਚ ਹੈਗੇ ਆ ਤੁਸੀਂ ਅਸੀਸ ਦੇਣੀ ਅਤੇ ਹੁਣ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।